ਗੁੱਡ ਮਾਰਨਿੰਗ ਗਾਇਸ, ਸਤਿ ਸ਼੍ਰੀ ਅਕਾਲ, ਵੈਲਕਮ ਬੈਕ ਟੂ ਮਾਈ ਯੂਟਿਊਬ ਲਵਪ੍ਰੀਤ ਅਥਲੀਟ 'ਚ ਆਪ ਸਭ ਜੀ ਦਾ ਸਵਾਗਤ ਹੈ। ਸੋ ਅੱਜ ਤਰੀਕ ਹੋ ਗਈ ਹੈ ਕਿੰਨੀ, ਇੱਕ ਚੱਕਾ ਨਹੀਂ ਬਣੀ, ਅੱਜ ਤਰੀਕ ਹੋ ਗਈ 15। ਸੋ 15 ਦਿਨ ਆਉਣ ਵਾਲੇ ਮਹੀਨੇ ਦੇ ਅਤੇ 7 ਦਿਨ ਇਹ ਤੋਂ ਅਗਲੇ, 15-7-22 ਦਿਨ ਪੂਰੇ ਰਹਿ ਗਏ। ਚਲੋ 7 ਉਹ ਕੱਢ ਦਿਉ, 15 ਦਿਨ ਰਹਿ ਗਏ। ਅਤੇ ਵੇਟ ਆਪਣਾ ਟਸ ਤੋਂ ਮਸ ਨਹੀਂ ਹੋ ਰਿਹਾ, ਈਵਨ ਕਿ 100-200 ਗ੍ਰਾਮ ਰੋਜ਼ ਵਧੀਆ ਹੀ ਹੁੰਦਾ। ਸੋ ਇਟਸ ਗੁੱਡ ਵੀ ਤੁਸੀਂ ਜਦੋਂ ਫਾਸਟਡ ਕਾਰਡੀਓ 90-90 ਮਿੰਟ ਕਰਨਾ, 1.5-1.5 ਘੰਟੇ ਫਾਸਟਡ ਕਾਰਡੀਓ ਆ, 0 ਕਾਰਬਸ 'ਤੇ ਵੀ ਤੁਹਾਡਾ ਵੇਟ ਨਹੀਂ ਘੱਟ ਰਿਹਾ, ਇਟ ਮੀਨਸ ਇਟ ਇਜ਼ ਯੂਅਰ ਮਸਲ। ਸੋ ਜੇ ਮਸਲ ਜਿਹੜਾ ਮਸਲ ਲੋਸ ਨਹੀਂ ਹੁੰਦਾ ਛੇਤੀ, ਬਿਕੋਜ਼ ਜਿਹੜਾ ਮੇਰਾ ਪ੍ਰੋਟੀਨ ਇਨਟੇਕ ਆ ਉਹ 200 ਗ੍ਰਾਮ ਦੇ ਅਰਾਊਂਡ ਆ, ਅਤੇ ਕਾਰਬਸ ਮੇਰੇ 0 ਨੇ, ਫੈਟਸ ਵੀ ਮੇਰੇ 0 ਆ। ਸੋ ਜੇ ਨਹੀਂ ਘੱਟ ਰਿਹਾ, ਇਟਸ ਅ ਪਿਓਰ ਮਸਲ। ਅਤੇ ਹੁਣ ਉੱਠਦੇ ਸਾਰ ਹੀ ਮੈਂ ਸਭ ਤੋਂ ਪਹਿਲਾਂ ਕੀ ਕਰਦਾ, ਮੈਂ ਜਿਹੜੇ ਉੱਦਣ ਸਪਲੀਮੈਂਟ ਲਏ ਸੀਗੇ, ਇੱਕ ਮੈਸੇਜ ਵੀ ਆਏ ਸੀਗੇ ਬੜੇ ਵੀ ਸਪਲੀਮੈਂਟ ਕੋਲੋਂ ਦਿਖਾਓ। ਸੋ ਮੈਂ ਤੁਹਾਨੂੰ ਕੋਲੋਂ ਸਪਲੀਮੈਂਟ ਦਿਖਾਉਂਦਾ, ਉੱਠਦੇ ਸਾਰ ਹੀ ਪਹਿਲਾਂ ਮੈਂ ਕਿਹੜੇ ਸਪਲੀਮੈਂਟ ਖਾਂਦਾ ਜਿਹੜੇ ਜ਼ਰੂਰੀ। ਸਟਾਰਟ ਕਰਦੇ ਹਾਂ ਜੀ, ਸਭ ਤੋਂ ਪਹਿਲਾਂ ਬਿਫੀਲੈਕ HP ਇਟਸ ਅ ਪ੍ਰੀ ਪ੍ਰੋਬਾਇਓਟਿਕ, ਇੱਕ ਕੈਪਸੂਲ ਇਹਦਾ। ਨੈਕ, ਮੈਂ ਜ਼ੁਕਾਮ ਹੋਇਆ ਪਿਆ, ਸੋਰੀ ਫੋਰ ਦੈਟ। ਨੈਕ 2 ਕੈਪਸੂਲ ਨੈਕ ਦੇ, ਆਹ ਪ੍ਰੀ ਪ੍ਰੋਬਾਇਓਟਿਕ ਆ। ਟੁਡਕਾ, ਟੁਡਕਾ ਦਾ ਇੱਕ ਕੈਪਸੂਲ। ਟਿਊਰੀਨ, ਟੁਰੀਨ ਦਾ ਵੀ ਇੱਕ ਕੈਪਸੂਲ, ਅਤੇ ਨਾਲ 1000 mg ਵਿਟਾਮਿਨ ਸੀ। ਸੋ ਇਹ ਮੇਰਾ ਜਿਹੜੇ ਆ ਸਪਲੀਮੈਂਟ, ਮੈਂ ਜੋ ਸਵੇਰੇ ਉੱਠ ਕੇ ਸਭ ਤੋਂ ਪਹਿਲਾ ਕੰਮ ਜਿਹੜਾ ਕਰੀਦਾ ਉਹ ਇਹ ਆ ਵੀ ਆਪਣੇ ਲਿਵਰ ਲੋਵਰ ਕਿਡਨੀਆਂ ਕੁਡਨੀਆਂ ਪ੍ਰੋਟੈਕਟ ਕਰੋ, ਗਟ ਹੈਲਥ ਜ਼ਰੂਰੀ ਆ। ਸੋ ਯੈਸ, ਇਸ ਤੋਂ ਬਾਅਦ ਫਿਰ ਆਪਾਂ ਜਾਵਾਂਗੇ ਜਿਮ। ਡੇਢ ਘੰਟਾ 30 ਮਿੰਟ, 6.76 ਕਿਲੋਮੀਟਰ, ਆਲਮੋਸਟ 5 mg ਚਿਕਨ ਹੈਗਾ ਹਜੇ ਇੱਕ ਪੈਕਟ ਪਿਆ। ਸੋ ਕਾਰਡੀਓ ਡਨ, ਡੇਢ ਘੰਟਾ ਅਪਰ ਲੋਅਰ ਐਬਸ ਡਨ। ਅੱਜ ਲਾਏ ਆਪਾਂ ਵੇਟਡ ਸਿਟਅਪਸ, ਇੱਕ ਲਾਈਨ ਕਰੰਚਸ ਜਿਹਨੂੰ ਕਹਿੰਦੇ ਆਪਾਂ, ਅਤੇ ਲੈਗ ਰੇਜਿਸ 4-4 ਸੈੱਟ। ਬੱਸ ਹੋ ਚੁੱਕੀ ਹੁਣ ਪੂਰੀ, ਆਪਣੇ ਕੋਲ ਤਾਂ ਨਹੀਂ ਚੱਲਦੀ ਚੁੱਕੀ ਗੱਡੀ, ਇਹ ਡਿਊਟੀਆਂ ਲੱਗੀਆਂ ਹੋਈਆਂ ਨੇ। ਚਲੋ ਚੱਲੀਏ ਹੁਣ ਘਰਾਂ ਨੂੰ, ਬੱਸ ਹੋਈ। ਉਹ ਤੋਂ ਬਾਅਦ ਸਭ ਤੋਂ ਪਹਿਲਾ ਕੰਮ ਪ੍ਰੋਟੀਨ ਸ਼ੇਕ, ਚਿਲਡ ਪ੍ਰੋਟੀਨ ਸ਼ੇਕ, ਨਾਲੇ ਮੀਲ ਤਿਆਰ ਆ। ਮੀਲ ਖਾਵਾਂਗੇ, ਸੱਚ ਕੈਮਰਾ ਇੱਧਰ, ਯੈਸ ਮੀਲ ਖਾਵਾਂਗੇ। ਐਂਡ ਥੈਂਕ ਯੂ ਸੋ ਵੈਰੀ ਮੱਚ, ਤੁਸੀਂ ਜਿੰਨੇ ਜਾਣੇ ਵੀ ਮੇਰੇ ਵਲੋਗਸ ਨੂੰ ਦੇਖ ਰਹੇ ਹੋ, ਪਿਆਰ ਦੇ ਰਹੇ ਹੋ, ਵਿਊ ਵੱਧ ਰਹੇ ਹੌਲੀ ਹੌਲੀ ਕਰਕੇ, ਵਧਾਈ ਰੱਖੋ ਯਾਰ, ਚੱਕੀ ਰੱਖੋ ਕੰਮ, ਫਿਰ ਹੀ ਕੰਟੈਂਟ ਜਿਹੜਾ ਪੋਸਟ ਕਰਨ ਦਾ ਮਜ਼ਾ ਆਉਂਦਾ। ਮਾਵਾਂ ਲੈ ਤਾਂ ਕਰ ਗੱਲ, ਇਹਨੂੰ ਕਹਿ ਸਕਦਾ ਕੋਈ ਡਾਇਟ ਫੂਡ ਆ, ਹੈਂ? ਇਟਸ 5 ਐਗ ਵਾਈਟਸ, 200 ਗ੍ਰਾਮ ਚਿਕਨ ਬ੍ਰੈਸਟ ਵਿਦ ਮਾਈ ਫੇਮਸ ਮੰਮੀ ਦਾ ਹੋਮ ਮੇਡ ਬਣਾਇਆ ਹੋਇਆ ਨਿੰਬੂ ਦਾ ਅਚਾਰ ਵਿਦ ਨੋ ਸ਼ੂਗਰ ਐਡਿਡ। ਅਤੇ ਆ ਵਿੱਚ ਦੇਖੋ ਖੀਰੇ, ਟਮਾਟਰ, ਪਿਆਜ਼, ਕਿਆ ਵਾਤ ਹੈ, ਕਿਆ ਬਾਤ ਹੈ, ਕਿਆ ਬਾਤ ਹੈ, ਨਜ਼ਾਰਾ ਗਿਆ। ਸੋ ਆਹ ਨਾਲ ਹੈ ਬਾਈ ਜੀ ਨਿੰਬੂ ਪਾਣੀ ਵਿਦਆਊਟ ਸ਼ੂਗਰ, ਸ਼ੂਗਰ ਫਰੀ ਸਟੀਵੀਆ ਤੁਸੀਂ ਯੂਜ਼ ਕਰ ਸਕਦੇ ਹੋ, ਅਤੇ ਇਹਦੇ 'ਚ ਨਮਕ ਪਾਇਆ ਹੋਇਆ।
So it gonna be my meal number 1 after my protein shake. Salam ji babo. Din jada wa oh end ho gaya. Last meal a paya mera. Samne dekh sakde ho. Thodi ji lassi ya ਪ੍ਰੀ ਪ੍ਰੋਬਾਇਟਿਕ ਦਹੀਂ ਵਾਲੀ ਜਿਹੜੇ ਮੈਂ ਲਾਸਟ ਵਲੋਗ 'ਚ ਤੁਹਾਨੂੰ ਦੱਸਿਆ ਸੀ 5 ਐਗ ਵਾਈਟਸ 200 ਚਿਕਨ ਬ੍ਰੈਸਟ ਵਿਦ ਸਮ ਖੀਰਾਸ ਬਹੁਤ ਜ਼ਿਆਦਾ ਟਾਇਰਡ ਹਾਂ ਮੈਂ ਇਸ ਟਾਈਮ ਦੇ ਉੱਤੇ ਮੇਰੀਆਂ ਲੱਤਾਂ ਬਿਲਕੁਲ ਜਿਹੜੀਆਂ ਜਵਾਬ ਦੇ ਗਈਆਂ ਕਹਿੰਦੀਆਂ ਵੀ ਹੁਣ ਨਾ ਹੋਰ ਤਰ੍ਹਾਂ ਪਤੰਦਰਾ ਸਾਡੇ ਤੋਂ ਸਾਡੀ ਬੱਸ ਹੋ ਗਈ ਪਰ ਗੱਲ ਇਹ ਆ ਬੋਡੀ ਬਿਲਡਿੰਗ ਤੁਹਾਨੂੰ ਬਹੁਤ ਕੁਛ ਸਿਖਾਉਂਦੀ ਆ ਬੋਡੀ ਬਿਲਡਿੰਗ ਤੁਹਾਨੂੰ ਉਹ ਚੀਜ਼ਾਂ ਸਿਖਾਉਂਦੀ ਆ ਵੀ ਤੁਸੀਂ ਇਹ ਵਾਲੇ ਤੁਸੀਂ ਜਿੰਨੇ ਮਰਜ਼ੀ ਟਾਇਰਡ ਹੋ ਜਿਹੜਾ ਤੁਸੀਂ ਜਿੱਤਣਾ ਜਾਂ ਤਾਂ ਟਾਇਰਡਨੈਸ 'ਤੇ ਫੋਕਸ ਕਰ ਲਓ ਜਾਂ ਜਿੱਤ 'ਤੇ ਜਿਹੜੀ ਚੀਜ਼ ਜ਼ਿਆਦਾ ਇੰਪੋਰਟੈਂਟ ਆ ਉੱਤੇ ਫੋਕਸ ਕਰੋ ਆਪਣੇ ਲਈ ਜਿੱਤ ਮੈਂ ਵਾਹਿਗੁਰੂ ਕੋਲ ਡਰ ਕੇ ਇਹ ਗੱਲ ਕਹਿੰਦਾ ਮਹਾਰਾਜ ਦੇ ਆਸਰੇ ਇਹ ਗੱਲ ਕਹਿੰਦਾ ਨੇਰੀ ਲਿਆ ਦਾਂਗੇ ਐਤਕੀ ਜ਼ਿਆਦੀਆਂ ਅਪਡੇਟਸ ਦੇ ਨਹੀਂ ਰਿਹਾ ਪਰ ਸ਼ਹੀਦ ਸਿੰਘਾਂ ਦੀ ਬਹੁਤ ਕਿਰਪਾ ਸ਼ਬ ਸ਼ੋਰ ਲੈ ਕੇ ਮੈਂ ਹਟਿਆ ਹੁਣੇ ਮੈਂ ਬੜਾ ਟਾਇਰਡ ਫੀਲ ਕਰ ਰਿਹਾ ਹਜੇ ਬਟ ਮੁੱਕਿਆ ਨਹੀਂ ਫਿਨਿਸ਼ ਕਰੂੰਗਾ ਜਿੱਤੂੰਗਾ ਤੁਹਾਡੇ ਸਾਰਿਆਂ ਲਈ ਪਾ ਰਿਹਾ ਇਹ ਯੂਟਿਊਬ ਉਮੀਦ ਤੁਹਾਨੂੰ ਪਸੰਦ ਆਉਣਗੀਆਂ ਮੈਂ ਦਿਨ ਦੇ ਮੈਕਰੋਸ ਤੁਹਾਨੂੰ ਦੱਸ ਦਿੰਦਾ ਮੋਟੇ ਮੋਟੇ ਕੀ ਆ ਮੋਟੇ ਮੋਟੇ ਮੈਕਰੋਸ ਇਹ ਆ ਪ੍ਰੋਟੀਨ 220 ਗ੍ਰਾਮ ਦੈਟਸ ਇਟ ਨੋ ਫੈਟਸ ਨੋ ਕਾਰਬਸ 1.5 ਘੰਟੇ ਸਵੇਰੇ ਕਾਰਡੀਓ 20 ਮਿੰਟ ਐਬਸ 20 ਤੋਂ 30 ਮਿੰਟ ਐਬਸ ਫਿਰ ਸ਼ਾਮ ਦੀ ਟ੍ਰੇਨਿੰਗ ਆ ਇਹ ਚੱਲ ਰਿਹਾ ਪਿਛਲੇ 15-16 ਦਿਨਾਂ ਤੋਂ ਹੀ ਨੋ ਕਾਰਬਸ 'ਤੇ ਆ ਜ਼ੀਰੋ ਕਾਰਬਸ ਆ ਇੱਕੋ 2 ਦਿਨ ਮਿਲੇ ਸੀ ਉਹ 'ਚੋਂ ਵੀ ਇੱਕ ਦਿਨ ਖਾ ਨਹੀਂ ਹੋਏ ਬਟ ਆਈ ਲਵ ਦਿਸ ਪੇਨ ਆਈ ਲਵ ਦਿਸ ਸਫਰਿੰਗ ਖਿੱਚ ਕੇ ਰੱਖੋ ਮਹਾਰਾਜ ਕੰਮ ਜਿਹੜੇ ਵੀ ਤੁਸੀਂ ਕੰਮ ਕਰਦੇ ਹੋ ਉਹ 'ਚ ਚੋਟੀ 'ਤੇ ਜਾਣਾ ਅਤੇ ਕੰਫਰਟ ਜ਼ੋਨ 'ਚੋਂ ਬਾਹਰ ਜਾਣਾ ਪੈਣਾ ਤੁਹਾਨੂੰ ਕੰਫਰਟ ਜ਼ੋਨ 'ਚ ਰਹਿ ਕੇ ਕੁਛ ਨਹੀਂ ਮਿਲਣਾ ਤੁਹਾਨੂੰ ਯਕੀਨ ਮੰਨਿਓ ਇਸ ਟਾਈਮ ਮੇਰੇ ਕੋਲ ਕੋਈ ਸਪੋਂਸਰ ਨਹੀਂ ਹੈਗਾ ਕੋਈ ਖਾਸਾ ਮੇਰੇ ਕੋਲ 2 ਹੀ ਸਪੋਂਸਰ ਆ ਰਾਈਟ ਨਾਓ ਵੈਲਨੈਸ ਐਂਡ ਨਟਬੈਰੀ ਪਹਿਲਾਂ ਮੇਰੇ ਜਿਹੜੇ ਸਪਲੀਮੈਂਟ ਦੇ ਸਪੋਂਸਰ ਸੀਗੇ ਉਹ ਉਹਨਾਂ ਨਾਲ ਆਪਣਾ ਕੰਟਰੈਕਟ ਪੂਰਾ ਹੋ ਗਿਆ ਹੁਣ ਮੇਰੇ ਕੋਈ ਸਪਲੀਮੈਂਟ ਦਾ ਮੇਜਰ ਸਪੋਂਸਰ ਮਤਲਬ ਵੱਡਾ ਸਪੋਂਸਰ ਹੈ ਨਹੀਂ ਕੋਈ ਆਪਣੇ ਕੋਲ ਵਾਹਿਗੁਰੂ ਤੋਂ ਇਲਾਵਾ ਮੇਰੀ ਫੈਮਿਲੀ ਤੋਂ ਇਲਾਵਾ ਅਤੇ ਮੇਰੇ ਕੋਚ ਤੋਂ ਇਲਾਵਾ ਮੇਰੇ ਕੋਲ ਕੋਈ ਵੱਡਾ ਸਪੋਂਸਰ ਨਹੀਂ ਹੈ ਆਈ ਐਮ ਬਲੈਸ ਕਿ ਮੇਰੇ ਕੋਲ ਇਹ ਨੇ ਬਟ ਫਿਰ ਵੀ ਬਹੁਤ ਸੋਹਣਾ ਸਰ ਰਿਹਾ ਬਹੁਤ ਸੋਹਣਾ ਚੱਲ ਰਿਹਾ ਕੰਮ ਬਸ ਤੁਸੀਂ ਅਰਦਾਸ ਬੇਨਤੀ ਕਰਿਓ ਇਹ ਗੱਲਾਂ ਬਾਤਾਂ ਕਰਦਾ ਮੈਂ ਇਜਾਜ਼ਤ ਲੈਂਦਾ ਤੁਹਾਡੇ ਤੋਂ ਮੀਲ ਮੇਰਾ ਠੰਡਾ ਹੋਣ ਦਿਆ ਚੜ੍ਹਦੀ ਕਲਾ 'ਚ ਰਹੋ ਵਾਹਿਗੁਰੂ ਅੱਗੇ ਅਰਦਾਸ ਬੇਨਤੀ ਕਰੋ ਤੁਹਾਡੇ ਮੇਰੇ ਸਰਬੱਤ ਦੇ ਕਾਰਜ ਰਾਸ ਹੋਣ ਮਿਲਦੇ ਹਾਂ ਨੈਕਸਟ ਵਲੋਗ 'ਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ